ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਰਾਮ ਰਾਮ ਤੇ ਆਦავ ਜੀ ਸਾਰੇ ਭੈਣ ਭਰਾंनो ਇੱਕ ਵਾਰੀ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਨਿਊ ਚੈਨਲ ਪੰਜਾਬੀ ਪੁਰਤਕਾਰ ਵਾਲੇ ਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਜੀ ਤੇ ਕਾਫੀ ਟਾਈਮ ਬਾਅਦ ਇਹ ਵੀਡੀਓ ਜਿਹੜੀ ਮੈਂ ਪਾਉਣ ਲੱਗਾ ਜੀ ਇਹ ਵੀਡੀਓ ਜਿਹੜੀ ਇਮੀਗ੍ਰੇਸ਼ਨ ਦੇ ਰਿਲੇਟਡ ਹੈ ਜੀ ਗਵਰਨਮੈਂਟ ਵੱਲੋਂ ਕੁਝ ਨਿਜ਼ਮ ਜਿਹੜੇ ਰੂਲ ਐ ਨਵੇਂ ਬਣਾਏ ਗਏ ਐ ਤੇ ਉਹ ਅਪਲਾਈ ਕਰਨੇ ਐ ਕਿਦਾਂ ਦੇ ਹੈ ਤੇ ਕੀ ਹੈ ਕਦੋਂ ਹੋਣਗੇ ਉਹ ਸਾਰੇ ਇਸ ਵੀਡੀਓ ਵਿੱਚ ਦੱਸਿਆ ਗਿਆ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਆਜੋ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਜੀ ਪੁਰਤਗਾਲ ਦੀ ਸਰਕਾਰ ਨੇ ਬੀਤੇ ਦਿਨੀ 3 ਜੂਨ ਨੂੰ ਇੱਕ ਨਿਜ਼ਮਾ ਦੀ ਇੱਕ ਸਮੂਹ ਦੀ ਐਨਾਊਂਸਮੈਂਟ ਕੀਤੀ ਹੈ ਜੀ ਜੋ ਕਿ ਉਹਨਾਂ ਹਜ਼ਾਰਾਂ ਇਮੀਗ੍ਰੈਂਟਾਂ ਦੇ ਜੀਵਨ ਤੇ ਇੰਪੈਕਟ ਕਰਦਾ ਹੈ ਸਿੱਧੇ ਤੌਰ ਤੇ ਜੋ ਪੁਰਤਗਾਲ ਦੇਸ਼ ਵਿੱਚ ਰਹਿਣ ਦੀ ਪਲੈਨਿੰਗ ਬਣਾ ਰਹੇ ਹਨ ਜਾਂ ਪਹਿਲਾਂ ਤੋਂ ਹੀ ਰਹਿ ਰਹੇ ਹਨ ਜੀ ਮੌਖਤ ਤਬਦੀਲੀਆਂ ਵਿੱਚੋਂ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਪਾਲਿਸੀ ਨੂੰ ਗਵਰਨਮੈਂਟ ਜਿਹੜੀ ਖਤਮ ਕਰਨਾ ਚਾਹੁੰਦੀ ਹੈ ਮਤਲਬ ਜੇ ਜਦੋਂ ਆਪਾਂ ਪੱਕੇ ਹੋਣ ਲਈ ਪੇਪਰ ਲਾਈਦੇ ਨਾ ਪੇਪਰ ਲੋਕ ਕਰਾਈ ਦੀ ਉਹ ਜਿਹੜੀ ਪਾਲਿਸੀ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ ਅਤੇ ਪੁਰਤਗਾਲ ਨੈਸ਼ਨਲ ਟ੍ਰੀਟੀ ਵਿੱਚ ਫੋਰਗਨ ਦੀ ਨਿਗਰਾਨੀ ਲਈ ਸਮਰਪਿਤ ਇੱਕ ਨਵੀਂ ਪੁਲਿਸ ਫੋਰਸ ਤਿਆਰ ਕਰਨਾ ਚਾਹੁੰਦੀ ਹੈ ਜੀ ਗਵਰਨਮੈਂਟ ਬਾਕੀ ਪੁਰਤਗਾਲ ਸਰਕਾਰ ਦਾ ਇਰਾਦਾ ਇਹ ਮੰਗ ਕਰਨਾ ਹੈ ਕਿ ਸਿਰਫ ਪੁਰਤਗਾਲ ਕੌਂਸਲਰ ਪੋਸਟਾਂ ਰਹੀਂ ਪ੍ਰਾਪਤ ਵਰਕ ਵੀਜ਼ਾ ਵਾਲੇ ਲੋਕ ਹੀ ਦੇਸ਼ ਵਿੱਚ ਰਹਿ ਸਕਦੇ ਹਨ ਐਕਸਪ੍ਰੈਸ਼ਨ ਆਫ ਇੰਟਰਸਟ ਪ੍ਰੋਸੈਸ ਜਿਸ ਨੇ ਇਮੀਗਰਾਂ ਨੂੰ ਇੱਕ ਵਰਕ ਕੰਟਰੈਕਟ ਪੇਸ਼ ਕਰਕੇ ਪੁਰਤਗਾਲ ਵਿੱਚ ਪੱਕੇ ਕਰਨ ਦੀ ਇਜਾਜ਼ਤ ਦਿੱਤੀ ਸੀ ਉਸ ਨੂੰ ਹੁਣ ਖਤਮ ਕਰ ਦਿੱਤਾ ਜਾਵੇਗਾ ਪੁਰਤਗਾਲ ਵਿੱਚ ਇੱਕ ਰੈਜ਼ੀਡੈਂਸ ਪਰਮਿਟ ਪ੍ਰਾਪਤ ਕਰਨ ਦੇ ਮੁੱਖ ਤਰੀਕਿਆਂ ਵਿੱਚੋਂ ਇੱਕ ਵਜੋਂ ਬ੍ਰਾਜ਼ੀਲ ਦੇ ਇਮੀਗਰਾਂ ਦੁਆਰਾ ਇਹ ਪਾਲਿਸੀ ਵਰਤੀ ਜਾਂਦੀ ਸੀ ਬਾਕੀ ਵਿਦੇਸ਼ੀ ਜਿਨ੍ਹਾਂ ਕੋਲ ਪਹਿਲਾਂ ਹੀ ਪੱਕੇ ਡਾਕੂਮੈਂਟ ਹਨ ਉਹਨਾਂ ਨੂੰ ਜ਼ਿਆਦਾ ਇਸ ਨਿਜ਼ਮ ਦਾ ਇਫੈਕਟ ਨਹੀਂ ਹੋਏਗਾ ਕੋਈ ਵੀ ਬਾਕੀ ਬੀਤੇ ਸੋਮਵਾਰ ਦੁਪਹਿਰ ਨੂੰ ਮਾਈਗ੍ਰੇਸ਼ਨ ਲਈ ਨਿਜ਼ਮਾ ਦੀ ਪਲਾਨ ਬਣਾਉਣ ਵਾਲੇ 41 ਤਬਦੀਲੀਆਂ ਦੀ ਪੇਸ਼ਕਾਰੀ ਦੇਣ ਸਰਕਾਰ ਨੇ ਫੈਮਿਲੀ ਰੀਯੂਨੀਫਿਕੇਸ਼ਨ ਲਈ ਐਂਟਰੀ ਚੈਨਲ ਨੂੰ ਮਜ਼ਬੂਤ ਕਰਨ ਦੇ ਦੇਸ਼ ਵਿੱਚ ਹਾਈ ਐਜੂਕੇਸ਼ਨ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦਿਆਰਥੀਆਂ ਦੇ ਰਹਿਣ ਨੂੰ ਵਧਾਉਣ ਤੇ ਪਾਲਿਸੀ ਨੂੰ ਅਪਣਾਉਣ ਦਾ ਵਾਅਦਾ ਕੀਤਾ ਹੈ ਜੀ ਪੁਰਤਗਾਲ ਮੰਤਰੀ ਮੰਡਲ ਦੁਆਰਾ ਉਜਾਗਰ ਕੀਤਾ ਗਿਆ ਹੈ ਕਿ ਇੱਕ ਹੋਰਨਿਜ਼ਮ ਪਬਲਿਕ ਸੇਫਟੀ ਪੁਲਿਸ ਪੀਐਸਪੀ ਦੇ ਅੰਦਰ ਫੋਰਗਨ ਐਂਡ ਬਾਰਡਰ ਯੂਨਿਟ ਦੀ ਸਿਰਜਣਾ ਹੈ ਇਹ ਨਵੇਂ ਪੁਲਿਸ ਫੋਰਸ ਇਮੀਗ੍ਰੇਸ਼ਨ ਮਾਮਲਿਆਂ ਦੀ ਨਿਗਰਾਨੀ ਹਿਊਮਨ ਟ੍ਰੈਫਿਕਿੰਗ ਇਲੀਗਲ ਇਮੀਗ੍ਰੇਸ਼ਨ ਲੇਬਰ ਐਕਸਪਲੋਰੇਸ਼ਨ ਅਤੇ ਹਿਊਮਨ ਰਾਈਟਸ ਦੀ ਉਲੰਘਣਾ ਕਰਨ ਵਾਲਿਆਂ ਦਾ ਮੁਕਾਬਲਾ ਕਰਨੇ ਜ਼ਿੰਮੇਵਾਰ ਹੋਏਗੀ ਜੀ ਬਾਕੀ ਸਰਕਾਰ ਦੁਆਰਾ ਜੋ 44 ਚੇਂਜਸ ਲਿਆਂਦੇ ਗਏ ਹਨ ਉਹ ਅੱਗੇ ਤੁਹਾਨੂੰ ਪੁਆਇੰਟਾਂ ਵਿੱਚ ਦੱਸੇ ਜਾਊਂਗਾ ਜੀ ਸੋ ਵੀਡੀਓ ਅਗਰ ਲੰਬੀ ਹੋ ਗਈ ਤਾਂ ਇਹ ਦੋ ਪਾਰਟਾਂ 'ਚ ਬਣਾ ਕੇ ਤੁਹਾਡੇ ਸਾਹਮਣੇ ਆਏਗੀ ਤੁਸੀਂ ਆਖਰ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਸੋ ਪੁਆਇੰਟਾਂ ਦੀ ਗੱਲ ਕਰੀ ਤਾਂ ਨੰਬਰ 1 ਤੇ ਹੈ ਜੀ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਪਾਲਿਸੀ ਨੂੰ ਖਤਮ ਕਰਨਾ ਨੰਬਰ 2 ਤੇ ਕੌਂਸਲਰ ਪੋਸਟਾਂ ਦੇ ਜਵਾਬ ਤੇ ਪ੍ਰੋਸੈਸਿੰਗ ਕਪੈਸਿਟੀ ਨੂੰ ਮਜ਼ਬੂਤ ਕਰਨਾ ਨੰਬਰ 3 ਤੇ ਫੈਮਿਲੀ ਰੀਯੂਨੀਫਿਕੇਸ਼ਨ ਨੌਜਵਾਨ ਵਿਦਿਆਰਥੀਆਂ ਅਤੇ ਕੁਆਲੀਫਾਈਡ ਪ੍ਰੋਫੈਸ਼ਨਲੀ ਐਂਟਰੀ ਚੈਨਲ ਨੂੰ ਪਹਿਲ ਦੇਣਾ ਨੰਬਰ 4 ਤੇ ਜੀ 400000 ਰਿਸੋਲਵ ਐਮਏ ਪ੍ਰੋਸੈਸ ਨੂੰ ਹੱਲ ਕਰਨ ਲਈ ਇੱਕ ਕਮਿਸ਼ਨ ਸਟਰਕਚਰ ਬਣਾਉਣਾ ਨੰਬਰ 5 ਤੇ ਜੀ ਮੌਜੂਦਾ ਬਾਰਡਰ ਕੰਟਰੋਲ 인ਫਰਾਸਟਰਕਚਰ ਆਈਟੀ ਸਿਸਟਮ ਅਤੇ ਡਾਟਾਬੇਸ ਵਿੱਚ ਤੁਰੰਤ ਇਨਵੋਲਵਮੈਂਟ ਦੇਣਾ ਨੰਬਰ 6 ਤੇ ਜੀ ਨਵੀਂ ਬਾਰਡਰ ਕੰਟਰੋਲ ਸਿਸਟਮ ਜਿਵੇਂ EEAS ETIS ਨੂੰ ਲਾਗੂ ਕਰਨ ਵਿੱਚ ਡਿਲੇ ਬਾਰੇ ਜਾਣੂ ਕਰਵਾਉਣਾ ਨੰਬਰ 7 ਤੇ ਜੀ ਲਿਸਬਨ ਅਤੇ ਫਾਰੋ ਹਵਾਈ ਅੱਡਿਆਂ ਤੇ ਬਾਰਡਰ ਕ੍ਰਾਸਿੰਗ ਤੇ ਹੋਣ ਵਾਲੀ ਕਰਾਊਡ ਅਤੇ ਡਿਲੇ ਦੀ ਹਾਈ ਲੈਵਲਸ ਨੂੰ ਘਟਾਉਣਾ ਨੰਬਰ 8 ਤੇ ਸੀਪੀਐਲਪੀ ਮੋਬਿਲਿਟੀ ਐਗਰੀਮੈਂਟ ਦੇ ਸਟਰੈਂਥ ਟਾਂਚ ਨੂੰ ਮਜ਼ਬੂਤ ਕਰਨਾ ਨੰਬਰ 9 ਤੇ ਇੰਟਰਨੈਸ਼ਨਲ ਪ੍ਰੋਟੈਕਸ਼ਨ ਲਈ ਬੈਨੀਫੀਸ਼ੀਅਰਸ ਅਤੇ ਐਪਲੀਕੇਟ ਲਈ ਰੀ ਲੋਕੇਸ਼ਨ ਕਮਿਟਮੈਂਟ ਦੀ ਕਨਫਰਮ ਤੇ ਅਮਲ ਕਰਨਾ ਨੰਬਰ 10 ਤੇ ਯੂਰਪੀਅਨ ਯੂਨੀਅਨ ਦੇ ਮਾਈਗ੍ਰੇਸ਼ਨ ਤੇ ਅਜ਼ਾਈਲਮ ਪੈਕਟ ਨੂੰ ਲਾਗੂ ਕਰਨ ਲਈ ਨੈਸ਼ਨਲ ਪਲਾਨ ਨੂੰ ਡਿਵੈਲਪ ਤੇ ਲਾਗੂ ਕਰਨਾ ਨੰਬਰ 11 ਤੇ ਟੈਂਪੋਰਰੀ ਇੰਸਟਾਲੇਸ਼ਨ ਸੈਂਟਰ ਈਈਸੀਆਈਟੀਐਸ ਤੇ ਬਰਾਬਰ ਸਪੇਸ ਦੀ ਕੈਪੈਸਿਟੀ ਨੂੰ ਵਧਾਉਣਾ ਨੰਬਰ 12 ਤੇ ਜੀ ਨਵੇਂ ਟੈਂਪੋਰਰੀ ਇੰਸਟਾਲੇਸ਼ਨ ਸੈਂਟਰ ਸੀਆਈਟੀ ਦਾ ਨਿਰਮਾਣ ਕਰਨਾ ਤੇ ਕਾਨੂੰਨੀ ਅਤੇ ਸਿਵਲ ਸੁਸਾਇਟੀ ਹੈਲਪ ਨੂੰ ਯਕੀਨੀ ਬਣਾਉਣਾ ਨੰਬਰ 13 ਤੇ ਜੀ ਇਮੀਗ੍ਰੇਸ਼ਨ ਅਤੇ ਅਜ਼ਾਈਲਮ ਦੇ ਜੁਡੀਸ਼ੀਅਲ ਅਪੀਲ ਪ੍ਰੋਸੈਸ ਵਿੱਚ ਲਾਗੂ ਕੀਤੇ ਜਾਣ ਵਾਲੇ ਪੁਡੀਸ਼ੀਅਲ ਸਪੀਡ ਪਾਲਿਸੀ ਨੂੰ ਸਟੈਬਲਿਸ਼ ਕਰਨਾ ਨੰਬਰ 14 ਤੇ ਜੀ ਰਿਟਰਨ ਸਿਸਟਮ ਦੀ ਅਨਫਾਈਂਗ ਅਤੇ ਇਫੈਕਟਨੈਸ ਨੂੰ ਯਕੀਨੀ ਬਣਾਉਣਾ ਪੁਲਿਸ ਫੋਰਸ ਵਿੱਚ ਇਨਾਂ ਸਕਿੱਲ ਨੂੰ ਇੰਕਲੂਡ ਕਰਨਾ ਨੰਬਰ 15 ਤੇ ਹਿਊਮਨ ਟ੍ਰੈਫਿਕਿੰਗ ਇਲੀਗਲ ਇਮੀਗ੍ਰੇਸ਼ਨ ਲੇਬਰ ਐਕਸਪਲੋਰੇਸ਼ਨ ਤੇ ਹਿਊਮਨ ਰਾਈਟ ਦੀ ਉਲੰਘਣਾ ਕਰਨ ਦੇ ਮੁਕਾਬਲੇ ਲਈ ਇੱਕ ਪੁਲਿਸ ਫੋਰਸ ਟੀਮ ਦਾ ਬਣਾਉਣਾ ਨੰਬਰ 16 ਤੇ ਪੁਰਤਗਾਲ ਨੈਸ਼ਨਲਿਟੀ ਪ੍ਰਾਪਤ ਕਰਨ ਲਈ ਪਾਸ਼ਾ ਅਸੈਸਮੈਂਟ ਪ੍ਰੋਸੈਸ ਦਾ ਐਡਿਟ ਕਰਨਾ ਨੰਬਰ 17 ਤੇ ਦੇਸ਼ ਦੀਆਂ ਲੋੜਾਂ ਨੂੰ ਇੱਕ ਸਾਰ ਹੀ ਹਿਊਮਨ ਕੈਪੀਟਲ ਅਟਰੈਕਸ਼ਨ ਸਿਸਟਮ ਦੀ ਸਟੈਬਲਿਸ਼ ਕਰਨਾ ਨੰਬਰ 18 ਤੇ ਇੰਪਰੂਵ ਅਤੇ ਯੋਗਤਾਵਾਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਵਿੱਚ ਸੁਧਾਰ ਕਰਨਾ ਨੰਬਰ 19 ਤੇ ਵਿਦੇਸ਼ੀ ਨਾਗਰਿਕ ਦੇ ਪ੍ਰੋਫੈਸ਼ਨ ਟ੍ਰੇਨਿੰਗ ਤੇ ਟ੍ਰੇਨਿੰਗ ਨੂੰ ਪ੍ਰਮੋਟ ਕਰਨਾ ਨੰਬਰ 20 ਤੇ ਫੋਰਗਨ ਵਰਕਰ ਦੀ ਸਪਲਾਈ ਤੇ ਡਿਮਾਂਡ ਤੇ ਉਹਨਾਂ ਦੇ ਸਜੂ ਰਿਸੈਪਸ਼ਨ ਨੂੰ ਇਕਸਾਰ ਕਰਦੇ ਹੋਏ ਲੇਬਰ ਨੀਡ ਸਰਵੇ ਕਰਨਾ ਨੰਬਰ 21 ਤੇ ਪੁਰਤਗਾਲ ਹਾਈ ਐਜੂਕੇਸ਼ਨ ਇੰਸਟੀਚਿਊਟ ਵਿੱਚ ਫੋਰਗਨ ਵਿਦਿਆਰਥੀਆਂ ਦੀ ਅਟਰੈਕਸ਼ਨ ਤੇ ਹਾਜ਼ਰੀ ਨੂੰ ਪ੍ਰੋਮੋਟ ਕਰਨਾ ਨੰਬਰ 22 ਤੇ ਰਿਸੈਪਸ਼ਨ ਸੈਂਟਰਾਂ ਵਿੱਚ ਜ਼ਾਇਲਮ ਸਿਕਰ ਤੇ ਰੈਫਿਊਜੀ ਲਈ ਕੈਂਪਸ ਨੂੰ ਵਧਾਉਣਾ ਨੰਬਰ 23 ਤੇ ਅਨਕੰਪਾਈਂਡ ਮਾਈਨਰਸ ਤੇ ਐਮਰਜੈਂਸੀ ਰਿਸੈਪਸ਼ਨ ਲਈ ਵਿਸ਼ੇਸ਼ ਰਹਿ ਸੀ ਯੂਨਟਾਂ ਦੀ ਕਪੈਸਿਟੀ ਨੂੰ ਵਧਾਉਣਾ ਨੰਬਰ 24 ਤੇ ਇਮੀਗ੍ਰੈਂਟਸ ਰੈਫਿਊਜੀ ਅਤੇ ਇੰਟਰਨੈਸ਼ਨਲ ਪ੍ਰੋਟੈਕਸ਼ਨ ਦੇ ਬੈਨੇਫਿਸ਼ੀਅਰ ਇਹਦੇ ਜ਼ਰੂਰੀ ਰਹਿਸ਼ਾਂ ਨੂੰ ਕਪੈਸਿਟੀ ਨੂੰ ਵਧਾਉਣਾ ਨੰਬਰ 25 ਤੇ ਨੈਸ਼ਨਲ ਲੇਬਰ ਮਾਰਕੀਟ ਵਿੱਚ ਇਮੀਗ੍ਰੇਸ਼ਨ ਦੇ ਪ੍ਰੋਫੈਸ਼ਨਲ ਇੰਟੀਗ੍ਰੇਸ਼ਨ ਨੂੰ ਪ੍ਰਮੋਟ ਕਰਨਾ ਨੰਬਰ 26 ਤੇ ਮਿਊਂਸੀਪਲ ਦੇ ਸਹਿਯੋਗ ਨਾਲ ਇਮੀਗ੍ਰੈਂਟ ਲਈ ਮਿਊਨਿਸਪਲ ਇਨਰ ਮਿਊਨਿਸਪਲ ਐਮਰਜੈਂਸੀ ਰਿਸੈਪਸ਼ਨ ਸੈਂਟਰ ਬਣਾਉਣਾ ਨੰਬਰ 27 ਤੇ ਮਿਊਨਿਸਪਲ ਕੋਆਰਡੀਨੇਟ ਅੰਡਰ ਬਹੁਤ ਹੀ ਕ੍ਰਿਟੀਕਲ ਨੇਬਰਹੂਡ ਵਿੱਚ ਇੰਟੀਗ੍ਰੇਸ਼ਨ ਪ੍ਰੋਜੈਕਟ ਨੂੰ ਲਾਗੂ ਕਰਵਾਉਣਾ ਨੰਬਰ 28 ਤੇ ਪੁਰਤਗਾਲੀ ਨੂੰ ਨੌਨ ਮਦਰ ਲੈਂਗੁਏਜ ਪੀ ਐਲ ਐਨ ਐਮ ਵਜੋਂ ਸਿੱਖਲਾਈ ਦੀ ਸਪਲਾਈ ਕਵਰੇਜ ਅਤੇ ਫ੍ਰੀਕੁਐਂਸੀ ਨੂੰ ਮਜ਼ਬੂਤ ਕਰਨਾ ਨੰਬਰ 29 ਤੇ ਜੀ ਕਾਰਸ਼ੀਲ ਪੁਰਤਗਾਲੀ ਸਮੇਤ ਮਲਟੀ ਲੈਂਗੁਏਜ ਮਟੀਰੀਅਲ ਤੇ ਗਾਈਡੈਂਸ ਪ੍ਰੋਵਾਈਡ ਕਰਵਾਉਣਾ ਨੰਬਰ 30 ਬੇਸਿਕ ਐਜੂਕੇਸ਼ਨ ਵਿੱਚ ਇਕੁਐਲਟੀ ਦੇਣ ਦੇ ਪ੍ਰੋਸੈਸ ਨੂੰ ਸੌਖਾ ਬਣਾਉਣਾ ਨੰਬਰ 31 ਨੈਸ਼ਨਲ ਹੈਲਥ ਸਰਵਿਸ ਤੱਕ ਇਮੀਗ੍ਰੈਂਟ ਦੀ ਪਹੁੰਚ ਦਾ ਪ੍ਰਮੋਟ ਅਤੇ ਮੈਨੇਜ ਕਰਨਾ ਨੰਬਰ 32 ਇਮੀਗ੍ਰੈਂਟਸ ਇੰਟੀਗ੍ਰੇਸ਼ਨ ਪ੍ਰੋਜੈਕਟਾਂ ਵਿੱਚ ਸੋਸ਼ਲ ਇਨਵੈਸਟਮੈਂਟ ਲਈ ਪ੍ਰਾਈਵੇਟ ਇਨਸਟਰੂਮੈਂਟ ਨੂੰ ਸਚਾਰਤ ਕਰਨ ਲਈ ਸਾਧਨ ਬਣਾਉਣਾ ਨੰਬਰ 33 ਤੇ ਪੀਐਸਪੀ ਤੇ ਫੋਰਗਨ ਅਤੇ ਬਾਰਡਰ ਯੂਨਿਟ ਨੂੰ ਨਵਾਂ ਬਣਾਉਣਾ ਨੰਬਰ 34 ਤੇ ਏਆਈਐਮਏ ਦੇ ਸਟ੍ਰੈਂਥ ਦੀ ਅੰਦਰੂਨੀ ਸਕੱਟਨ ਤੇ ਏਆਈਐਮਏ ਦੇ ਹਿਊਮਨ ਟੈਕਨੀਕਲ ਸੋਰਸ ਨੂੰ ਮਜ਼ਬੂਤ ਕਰਨਾ ਨੰਬਰ 35 ਤੇ ਆਈਆਰਐ ਤੋਂ AIMA ਨੂੰ ਰੈਜ਼ੀਡੈਂਸ ਪਰਮਿਟ ਦੇ ਰੀਨਿਊ ਲਈ ਰਿਕਵੈਸਟ ਦੀ ਪਰਸਨ ਸਰਵਿਸ ਲਈ ਜ਼ਿੰਮੇਵਾਰ ਟ੍ਰਾਂਸਫਰ ਕੀਤਾ ਜਾਵੇਗਾ ਨੰਬਰ 36 ਇਮੀਗ੍ਰੈਂਟ ਸਿਟੀਜ਼ਨ ਲਈ ਆਪਣੇ ਨੇਫ ਨਿਸ ਐਨ ਐਨ ਯੂ ਦੀ ਬੇਨਤੀ ਕਰਨ ਲਈ ਅਵੇਲੇਬਲ ਪਰਸਨ ਸਰਵਿਸ ਦਾ ਵਿਸਤਾਰ ਕਰਨਾ ਨੰਬਰ 37 ਪਬਲਿਕ ਪਾਲਿਸੀ ਨੂੰ ਸੂਚਿਤ ਕਰਨ ਲਈ ਇੱਕ ਸਟੇਟ ਡਿਪਾਰਟਮੈਂਟ ਵਜੋਂ ਮਾਈਗ੍ਰੇਸ਼ਨ ਅਬਜ਼ਰਵ ਨੂੰ ਰੀਸਟੋਰ ਕਰਨਾ ਨੰਬਰ 38 ਤੇ ਮਾਈਗ੍ਰੇਸ਼ਨ ਅਤੇ ਅਜ਼ਾਈਲਮ ਲਈ ਕਾਉਂਸਲ ਨੂੰ ਸਰਕਾਰ ਦੀ ਐਡਵਾਈਜ਼ਰ ਡਿਪਾਰਟਮੈਂਟ ਵਜੋਂ ਮੂਡ ਰੀਡਿਫਾਈਨ ਤੇ ਆਟੋਮੇਟ ਕਰਨਾ ਨੰਬਰ 39 ਤੇ ਸੈਕਟਰ ਵਿੱਚ ਕੰਮ ਕਰ ਰਹੇ ਇਮੀਗ੍ਰੈਂਟਸ ਅਤੇ ਸਿਵਲ ਸੋਸਾਇਟੀ ਐਸੋਸੀਏਸ਼ਨਲੀ ਫਾਈਨੈਂਸ਼ੀਅਲੀ ਸਪੋਰਟ ਨੂੰ ਮਜ਼ਬੂਤ ਕਰਨਾ ਨੰਬਰ 40 ਤੇ ਲੋਕਲ ਇਮੀਗ੍ਰੈਂਟਸ ਇੰਟੀਗ੍ਰੇਸ਼ਨ ਸਪੋਰਟ ਸੈਂਟਰ ਸੀ ਐਲ ਏ ਆਈ ਐਮ ਦੁਆਰਾ ਨੇੜ ਤੇ ਪ੍ਰੋਸੈਸ ਨੂੰ ਮਜ਼ਬੂਤ ਕਰਨਾ ਨੰਬਰ 41 ਤੇ এমਪਲੋਇਮੈਂਟ ਕੌਂਟਰੈਕਟ ਨੂੰ ਪੱਕੇ ਤੌਰ ਤੇ ਖਤਮ ਕਰਨ ਦਾ ਨਿਯਮ ਬਣਾਇਆ ਜਾਵੇ ਸੋ ਆ ਜਿੰਨੇ ਵੀ ਤੁਹਾਨੂੰ 41 ਜਿਹੜੇ ਨਿਯਮ ਦੱਸਿਆ ਜੀ ਇਹ ਗਵਰਨਮੈਂਟ ਵੱਲੋਂ ਲਿਖੇ ਗਿਆ ਤੇ ਹੁਣ ਇਹ ਜਿਹੜੇ ਪ੍ਰਾਈਮ ਮਿੰਿਸਟਰ ਨੂੰ ਦਿੱਤੇ ਜਾਣਗੇ ਅਗਰ ਉਹ ਪ੍ਰਾਈਮ ਮਿੰਿਸਟਰ ਇਹਨਾਂ ਸਾਰਿਆਂ ਰੂਲਾਂ ਤੇ ਹੱਕ ਦੇ ਵਿੱਚ ਸਾਈਨ ਕਰਦਾ ਤੇ ਸਾਰੇ ਜਿਹੜੇ ਇੰਪਲੀਮੈਂਟ ਹੋਣਗੇ ਜੀ ਰੂਲ ਇਹ ਪੁਰਤਗਾਲ ਚ ਬਾਕੀ ਵੀਡੀਓ ਜਿਹੜੀ ਕਾਫੀ ਲੇਟ ਆਈ ਹੈ ਜੀ ਕੁਝ ਕਰਦੀ ਪ੍ਰੋਬਲਮ ਤੇ ਹੈਲਥ ਦੀ ਇਸ਼ੂ ਆਨ ਕਰਕੇ ਇਸ ਕਰਕੇ ਵੀਡੀਓ ਮੈਂ ਥੋੜੇ ਟਾਈਮ ਤੋਂ ਬਣਾਉਣੇ ਜਿਹੜੇ ਬੰਦ ਕਰ ਦਿੱਤੀਆਂ ਸੀ ਪਰ ਹੁਣ ਜਿਹੜੀ ਵੀਡੀਓ ਲਗਾਤਾਰ ਆਇਆ ਕਰਨੀ ਹੈ ਸੋ ਵੀਡੀਓ ਨੂੰ ਬਾਕੀ ਤੱਕ ਵੀ ਸ਼ੇਅਰ ਕਰ ਦਿਓ ਜੋ ਬਾਕੀਆਂ ਨੂੰ ਵੀ ਜਿਹੜੀ ਇਨਫੋਰਮੇਸ਼ਨ ਪਤਾ ਲੱਗ ਸਕੇ ਜੀ ਸੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਨੋਟੀਫਿਕੇਸ਼ਨ ਦਾ ਬਟਨ ਜਰੂਰ ਪ੍ਰੈਸ ਕਰਦੇ ਹੋ ਜੀ ਸੋ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਤੇ ਨਵੀਂ ਰੱਬ ਰੱਖਾ ਜੀ